ਕਿਤਾਬਾਂ ਤੇ ਈਮਾਨ ਆਪਣੇ ਰੱਬ ਦੇ ਦਾ ਕਿਵੇਂ ਤਾਰਫ ਕਰੀਏ ਤੇ ਕਿਵੇਂ ਉਹਦੀ ਇਬਾਦਤ ਕਰੀਏ ਜਿਵੇਂ ਉਹਨੇ ਹੁਕਮ ਦਿੱਤਾ ਹੈ ਤੇ ਕਿਹੜੇ ਤਰੀਕੇ ਨਾਲ ਜਿੰਦੇ ਤੇ ਉਹ ਰਾਜ਼ੀ ਹੋ ਜਾਏ। ਇਹ ਸਭ ਕੁਛ ਅਸੀਂ ਸਿੱਖਾਂਗੇ ਆਸਮਾਨੀ ਕਿਤਾਬਾਂ ਦੇ ਜ਼ਰੀਏ ਕਿ ਇਹ ਔਰ ਉਹਨਾਂ ਸਹੀਫਾਂ ਦੇ ਜ਼ਰੀਏ ਜਿਹੜੇ ਅੱਲਾਹ ਦਾ ਕਲਾਮ ਨੇ, ਜਿਹੜੇ ਅੱਲਾਹ ਤਾਲਾ ਨੇ ਆਪਣੇ ਰਸੂਲਾਂ ਅਲੈਹਿਮ ਅਸਲਾਮ ਦੀ ਤਰਫ ਵਹੀ ਕੀਤਾ ਅਤੇ ਉਹਨਾਂ 'ਤੇ ਈਮਾਨ ਲਾਣਾ ਅਰਕਾਨੀ ਈਮਾਨ ਦੇ 6 ਰੁਕਨਾਂ 'ਚੋਂ ਇੱਕ ਰੁਕਨ ਹੈ। ਅੱਲਾਹ ਤਾਲਾ ਫਰਮਾਉਂਦੇ ਨੇ ਈਮਾਨ ਵਾਲਿਓ, ਈਮਾਨ ਲਓ ਅੱਲਾਹ 'ਤੇ, ਉਹਦੇ ਰਸੂਲ 'ਤੇ ਔਰ ਉਸਦੀ ਕਿਤਾਬ 'ਤੇ ਜਿਹੜੀ ਉਸਨੇ ਆਪਣੇ ਰਸੂਲ 'ਤੇ ਨਾਜ਼ਲ ਕੀਤੀ ਔਰ ਉਸ ਕਿਤਾਬ 'ਤੇ ਜੋ ਉਸ ਤੋਂ ਪਹਿਲੇ ਨਾਜ਼ਲ ਕੀਤੀ। ਅਤੇ ਅਸੀਂ ਈਮਾਨ ਲਾਨੇ ਹਾਂ, ਇਹ ਸਾਰੀਆਂ ਹੱਕ ਨੇ ਔਰ ਸੱਚ ਨੇ ਔਰ ਇਹ ਅੱਲਾਹ ਤਾਲਾ ਦਾ ਕਲਾਮ ਹੈ, ਇਹਦੇ 'ਚ ਹਦਾਇਤ ਹੈ ਔਰ ਇਹਦੇ 'ਚ ਨੂਰ ਹੈ ਔਰ ਇਹ ਕਫੈਤ ਕਰਦੀਆਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਵਾਸਤੇ ਨਾਜ਼ਲ ਹੋਈਆਂ। ਔਰ ਅਸੀਂ ਈਮਾਨ ਲਿਆਉਂਦੇ ਹਾਂ ਇਹਦਾ ਤਫਸੀਲ ਦੇ ਨਾਲ ਜਿਨ੍ਹਾਂ ਦਾ ਜ਼ਿਕਰ ਆਇਆ ਹੈ, ਜਿਵੇਂ ਕੁਰਾਨ, ਤੁਰਾਤ, ਇੰਜੀਲ ਔਰ ਜ਼ਬੂਰ ਔਰ ਇਬਰਾਹੀਮ ਔਰ ਮੂਸਾ ਅਲੈਹਿਮ ਸਲਾਮ ਦੇ ਸਹੀਫੇ। ਕੁਰਾਨ ਕਰੀਮ ਨੇ ਮਨਸੂਖ ਕਰ ਦਿੱਤਾ ਹੈ ਸਾਬਕਾ ਕਿਤਾਬਾਂ ਨੂੰ ਔਰ ਇਹਨਾਂ 'ਤੇ ਹਾਕਮ ਹੈ। ਅੱਲਾਹ ਤਾਲਾ ਦਾ ਫਰਮਾਨ ਹੈ ਔਰ ਅਸੀਂ ਤੁਹਾਡੀ ਤਰਫ ਨਾਜ਼ਿਲ ਕੀਤੀ ਕਿਤਾਬ ਹੱਕ ਦੇ ਨਾਲ ਜਿਹੜੀ ਤਸਦੀਕ ਕਰਦੀ ਹੈ ਜਿਹੜੀਆਂ ਉਹਦੇ ਤੋਂ ਪਹਿਲੇ ਕਿਤਾਬਾਂ ਨੇ ਉਹਨਾਂ ਦੀ ਔਰ ਉਹ ਉਹਨਾਂ 'ਤੇ ਹਾਕਮ ਹੈ। ਅਤੇ ਜਾਇਜ਼ ਨਹੀਂ ਕਿ ਅਮਲ ਕੀਤਾ ਜਾਏ ਇਹਨਾਂ ਕਿਤਾਬਾਂ ਦੇ ਕਿਸੇ ਵੀ ਹੁਕਮ 'ਤੇ ਜਾਂ ਕਿਸੇ ਚੀਜ਼ 'ਤੇ, ਮਗਰ ਉਹ ਜਿਹੜਾ ਸਹੀ ਹੈ ਅਤੇ ਕੁਰਾਨ ਨੇ ਉਹਦਾ ਇਕਰਾਰ ਕੀਤਾ ਹੈ, ਕਿਉਂਕਿ ਇਨ ਕਿਤਾਬਾਂ 'ਚ ਬੜੀ ਤਬਦੀਲੀ ਅਤੇ ਤਹਿਰੀਫ ਹੋ ਚੁੱਕੀ ਹੈ। ਅੱਲਾਹ ਤਾਲਾ ਨੇ ਕੁਰਾਨ ਦੀ ਹਿਫਾਜ਼ਤ ਦੀ ਜ਼ਿੰਮੇਦਾਰੀ ਖੁਦ ਉਠਾਈ ਅਤੇ ਅੱਲਾਹ ਤਾਲਾ ਫਰਮਾਉਂਦੇ ਨੇ ਬੇਸ਼ੱਕ ਅਸੀਂ ਜ਼ਿਕਰ ਨੂੰ ਨਾਜ਼ਿਲ ਕੀਤਾ ਅਤੇ ਅਸੀਂ ਇਹਦੀ ਹਿਫਾਜ਼ਤ ਕਰਨ ਵਾਲੇ ਹਾਂ। ਕਿਤਾਬਾਂ 'ਤੇ ਈਮਾਨ ਲਾਣੇ ਦੇ ਸਮਰਾਤ 'ਚੋਂ ਹੈ ਕਿ ਅੱਲਾਹ ਤਾਲਾ ਦਾ ਸ਼ੁਕਰ ਕਰਨਾ ਕਿ ਉਹਨੇ ਆਪਣੀ ਮਖਲੂਕ 'ਤੇ ਅਨਾਇਤ ਔਰ ਕਰਮ ਕਰਦਿਆਂ ਹੋਇਆਂ ਹਰ ਕੌਮ ਦੇ ਅੰਦਰ ਇੱਕ ਕਿਤਾਬ ਨਾਜ਼ਲ ਕੀਤੀ ਜਿਹੜੀ ਉਹਨਾਂ ਨੂੰ ਹਦਾਇਤ ਦਿੰਦੀ ਹੈ ਔਰ ਉਹਦੀ ਹਿਕਮਤ ਦੀ ਮਾਰਫਤ ਸਿਖਾਉਂਦੀ ਹੈ। ਔਰ ਕੁਰਾਨ 'ਤੇ ਈਮਾਨ ਲਾਣੇ ਲਾਣ ਦੇ ਸਮਰਾਤ 'ਚੋਂ ਹੈ ਕਿ ਅਸੀਂ ਇਹਦਾ ਇਹਤਮਾਮ ਕਰੀਏ, ਤਿਲਾਵਤ ਕਰਦਿਆਂ ਹੋਇਆਂ ਔਰ ਇਹਨੂੰ ਸਿੱਖੀਏ ਔਰ ਇਹਦੇ 'ਤੇ ਅਮਲ ਕਰੀਏ ਔਰ ਇਹਦੇ 'ਤੇ ਤਦੱਬਰ ਕਰੀਏ, ਕਿਉਂਕਿ ਇਹ ਵਾਜ਼ੇ ਨੂਰ ਹੈ ਔਰ ਸਿਰਾਤੇ ਮੁਸਤਕੀਮ ਹੈ ਔਰ ਨਸੀਹਤ ਹੈ ਔਰ ਯਾਦ ਦਿਹਾਨੀ ਹੈ ਔਰ ਦਿਲਾਂ ਦੇ ਵਸਵਸਿਆਂ ਦਾ ਵਾਸਤੇ ਸ਼ਿਫਾ ਹੈ। ਅੱਲਾਹ ਤਾਲਾ ਦਾ ਫਰਮਾਨ ਹੈ, ਇਹ ਐਸੀ ਕਿਤਾਬ ਹੈ ਜਿਹਨੂੰ ਅਸੀਂ ਨਾਜ਼ਲ ਕੀਤਾ ਬਰਕਤ ਵਾਲੀ ਹੈ, ਤਾਂ ਕਿ ਇਹਦੇ 'ਤੇ ਤਦੱਬਰ ਕਰਨ ਔਰ ਇਹਦੇ ਤੋਂ ਨਸੀਹਤ ਪਕੜਨ ਅਕਲਮੰਦ ਲੋਕ।